पंजाब में धान की फसल को लेकर किसानों ने आज रोड और रेलवे ट्रैक जाम करने का ऐलान किया था, जिसके तहत संगरूर के सुनाम रेलवे स्टेशन ट्रैक पर भारतीय किसान यूनियन एकता ग्रह की अगुवाई में बड़ी संख्या में किसान पहुंचे। इस दौरान केंद्र और पंजाब सरकार के खिलाफ जमकर नारेबाजी की गई और जोरदार प्रदर्शन किया गया। किसानों का कहना है कि अगर धान की खरीद प्रणाली शुरू नहीं की गई तो आने वाले समय में बड़े एक्शन किए जाएंगे। सुनिए किसानों ने क्या कहा। देखो जेड़ा साड़ी जीरी रोल रही है मंडियां दे विच, ओदे संबंध दे विच असीं अज इह मतलब संकेतक धरना 3 घंटियां दा जेड़ा रेलां रोकण दा दित्ता हैगा, ते दूसरियां जथेबंदियां जिहड़ियां सड़कां रोक रहियां ने, क्योंकि इह PR 126 सरकार ने आप कह के लवाई हैगी ते हुण खरीदण तों सरकार पासा वट रही हैगी। ते जेड़ा हजे तक सैलरां दे विच पिछले चौल ने ओह सैलरां दे विच पए ने, हजे तक ओह चौल चक्के नहीं गए उत्थों, उत्थे नवे चौल लगन वास्ते जगह नहीं हैगी। सैलर मालक लगातार बहुत ज्यादा मतलब कह रहे ने, और तो उन्होंने भी पिछली बार चिट्ठियां लिखियां सरकार नू, पर सरकार सुत्ती पई हैगी। सरकार वोटां दे विच अपनी पार्टियां बनाउण दे विच बिजी हैगी, इस करके मुख्यमंत्री साहब ने आप कह के ओ जिहड़ी जीरी लवाई आ PR 126 हुण खरीदण दे वास्ते, हुण मतलब उहनू जदों 200 रुपया कट दे के ਉਹ ਖਰੀਦਣ ਨੂੰ ਕਿਤੇ ਕਹਿੰਦੇ ਨੇ, ਅਸੀਂ ਸਰਕਾਰ ਨੂੰ ਇਹ ਕੰਨੀ ਸੁਣਾਉਣੀ ਆਇਆ ਅੱਜ 3 ਘੰਟੇ ਦਾ ਸੰਕੇਤਕ ਧਰਨਾ ਦੇ ਕੇ। ਜੇ ਸਰਕਾਰ ਨੇ ਫਿਰ ਵੀ ਗੌਰ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਵਾਸਤੇ ਦਾ ਕੋਈ ਲੰਮਾ ਜਾਂ ਕੋਈ ਰੂਪ ਹੋਰ ਬਦਲਿਆ ਜਾ ਸਕਦਾ ਹੈਗਾ, ਇਹ ਸਰਕਾਰ ਨੂੰ ਅਸੀਂ ਕੰਨੀ ਸੁਣੀ ਕਰਨਾ। ਦੇਖੋ ਅਸੀਂ ਮਜਬੂਰੀ ਬਸ ਬੈਠੇ ਹੈਗੇ ਹਾਂ, ਜਣੀ ਜਿਹੜੀ ਟ੍ਰੇਨ 12 ਵਜੇ ਤੋਂ ਪਹਿਲਾਂ ਲੰਘੀ ਆ, ਅਸੀਂ ਕੋਸ਼ਿਸ਼ ਕੀਤੀ ਇਹਨਾਂ ਨੂੰ ਕਿਹਾ ਵੀ ਇਹਨਾਂ ਨੂੰ ਕਿਉਂਕਿ ਖੱਜਲ ਖੁਆਰੀ ਜਿਹੜਾ ਯਾਤਰੀਆਂ ਦੀ ਉਹ ਖੱਜਲਖਾਰੀ ਨਾ ਹੋਵੇ, ਸਾਡੀ ਤਾਂ ਦੇਖੋ ਮਜਬੂਰੀ ਆ। ਸਰਕਾਰ ਖਰੀਦ ਤੋਂ ਭੱਜਣਾ ਚਾਹੁੰਦੀ ਹੈਗੀ ਆ, ਮੰਡੀਕਰਨ ਨੂੰ ਤੋੜਨਾ ਚਾਹੁੰਦੀ ਹੈਗੀ ਆ। ਇਹਨਾਂ ਨੇ ਪਿਛਲੇ ਵਾਰੀ ਵੀ ਜਦੋਂ ਪਿਛਲੇ ਵਾਰੀ ਕਣਕ ਦੀ ਖਰੀਦ ਹੋਈ ਆ ਉਦੋਂ ਵੀ ਜਿਹੜੀਆਂ 27 ਮਾਰਕੀਟ ਕਮੇਟੀਆਂ ਦਾ ਫੈਸਲਾ ਹੀ ਕਰਤਾ ਵੀ ਜਿਹੜਾ ਆਹ ਸਾਈਲੋ ਦੇ ਗਰਾਮਾਂ ਨੂੰ ਦੇਣੀਆਂ ਹੈਗੀਆਂ ਨੇ। ਹੁਣ ਵੀ ਜਣੀ ਸਰਕਾਰ ਖਰੀਦ ਤੋਂ ਭੱਜਣਾ ਚਾਹੁੰਦੀ ਆ, ਇਸ ਕਰਕੇ ਅੱਜ ਅਸੀਂ ਸੰਕੇਤਕ ਤੌਰ ਤੇ ਆਏ ਹੈਗੇ ਆ। ਆਉਣ ਵਾਲੇ ਦਿਨਾਂ 'ਚ ਇਹਨੂੰ ਸੰਘਰਸ਼ ਨੂੰ ਤਿੱਖਾ ਕਰਾਂਗੇ, ਕਿਉਂਕਿ ਪੰਚਾਇਤੀ ਚੋਣਾਂ ਦਾ ਸਮਾਂ ਚੱਲ ਰਿਹਾ। ਪੰਚਾਇਤੀ ਚੋਣਾਂ ਦੇ ਵਿੱਚ ਵੀ ਜਿਹੜੇ ਲੋਕ ਜਿੱਥੇ ਉੱਥੇ ਰੁਝੇ ਹੋਏ ਨੇ, ਉਹਦੇ ਬਾਵਜੂਦ ਤੁਸੀਂ ਇਕੱਠ ਦੇਖੋ, ਕਾਠਾ ਮਾਰਦਾ ਇਕੱਠਾ ਜਣੀ ਸਾਰੇ ਜ਼ਿਲ੍ਹਿਆਂ 'ਚ। ਅੱਜ ਅਸੀਂ ਪੰਜਾਬ ਦੇ 16 ਥਾਵਾਂ 'ਤੇ ਬੈਠੇ ਹੈਗੇ ਹਾਂ, ਇਸ ਕਰਕੇ ਜੇ ਫੌਰੀ ਤੌਰ 'ਤੇ ਖਰੀਦ ਸ਼ੁਰੂ ਨਾ ਕੀਤੀ ਉਹ ਆਉਂ ਇਹ ਸੰਘਰਸ਼ ਨੂੰ ਤਿੱਖਾ ਕਰਾਂਗੇ। ਗੋਦਾਮਾਂ ਦੇ ਵਿੱਚ ਜਣੀ ਭਰੇ ਪਏ ਨੇ ਗੋਦਾਮ, ਜਿਹੜਾ ਮੁੱਖ ਮੰਤਰੀ ਅੱਜ ਕਹਿ ਰਿਹਾ ਵੀ ਮੈਂ ਜਿਹੜਾ ਬਾਹਰ ਸੈਂਟਰ ਦੇ ਮੰਤਰੀ ਨਾਲ ਗੱਲ ਕਰਕੇ ਆਉਣਾ ਹੈਗਾ, ਇਹ ਤਾਂ ਪਹਿਲਾਂ ਵੀ ਨਹੀਂ ਦਿੱਤੀ ਇਹਨਾਂ ਨੂੰ ਵੀ ਇਹ ਜਿਹੜਾ ਖਾਲੀ ਹੋਵੇ, ਸੈਂਟਰ ਦੀ ਸਰਕਾਰ ਨੂੰ ਪਹਿਲਾਂ ਇਹ ਗੋਦਾਮ ਖਾਲੀ ਕਰਾਉਣੇ ਚਾਹੀਦੇ ਸੀਗੇ। ਇਸ ਕਰਕੇ ਇਹ ਆ ਵੀ ਇਹਦਾ ਕੋਈ ਮੋੜਵਾਂ ਪ੍ਰਬੰਧ ਕਰਨ, ਇੱਥੋਂ ਜਿਹੜਾ ਸਾਡਾ ਝੋਨਾ ਮੰਡੀਆਂ 'ਚੋਂ ਜਾਵੇ, ਜਿਹੜਾ ਸੈਲਰਾਂ 'ਚ ਜਾਵੇ, ਸੈਲਰਾਂ ਦੇ ਵਾਲੇ ਵੀ ਖੁਸ਼ ਹੋਣ ਅਤੇ ਮਜ਼ਦੂਰ ਵੀ ਖੁਸ਼ ਹੋਣ ਜਿਹੜੇ ਖਵਾ ਖੱਜਲ ਖਵਾਰ ਹੋ ਰਹੇ ਨੇ, ਟਰੱਕ ਯੂਨੀਅਨ ਵਾਲੇ ਹੈਗੇ ਨੇ ਸਾਡੇ ਭਰਾ। ਇਸ ਕਰਕੇ ਸਾਰੇ ਲੋਕ ਇਸ ਕਰਕੇ ਦੁਖੀ ਨੇ ਕਿ ਸਰਕਾਰ ਆ ਸਾਰੇ ਸਿਸਟਮ ਨੂੰ ਉਜਾੜ ਕੇ ਇੱਥੇ ਕਾਰਪੋਰੇਟ ਘਰਾਣੇ ਦਾ ਕਬਜ਼ਾ ਕਰਾਉਣਾ ਚਾਹੁੰਦੀ ਹੈ। ਸਰਕਾਰ ਇਹਨੂੰ ਬਰਦਾਸ਼ਤ ਨਹੀਂ ਕਰਨਗੇ, BJP ਦਾ ਪ੍ਰਬੰਧ ਵੀ ਕਰਾਵਾਂਗੇ ਤੇ ਆਉਣ ਵਾਲੇ ਦਿਨਾਂ 'ਚ ਦਾਣਾ ਦਾਣਾ ਜਿਹੜਾ ਝੋਨੇ ਦਾ ਵੀ ਉਹ ਬਚਾ। ਅਸੀਂ 12 ਵਜੇ ਤੋਂ ਲੈ ਕੇ 3 ਵਜੇ ਤੱਕ ਰੇਲਾਂ ਜਾਮ ਕਰਾਂਗੇ। ਰੇਲਵੇ ਟਰੈਕ ਤੇ ਅਸੀਂ ਨੇ ਧਰਨਾ ਇਸ ਕਰਕੇ ਲਾਇਆ, ਕਿਹੜੇ ਜਿਹੜੇ ਸਾਡੇ ਕਿਸਾਨ ਵੀਰ ਨੇ ਮੰਡੀਆਂ ਦੇ ਵਿੱਚ ਉਹਨਾਂ ਦੀਆਂ ਜਿਣਸਾਂ ਰੁਲ ਰਹੀਆਂ ਨੇ, ਕਿਉਂਕਿ ਜਿਹੜੇ ਭਗਵੰਤ ਮਾਨ ਕਹਿੰਦਾ ਸੀ ਵੀ 126 ਲਾ ਲਓ ਆਪਣੇ ਪਾਣੀ ਘੱਟ ਲੱਗੂਗਾ, ਉਸ ਕਰਕੇ ਸਾਡੇ ਜਿਹੜੇ ਕਿਸਾਨ ਵੀਰਾਂ ਦੀਆਂ ਝੋਨੇ ਆਏ ਪਏ ਨੇ ਉਹ ਮੰਡੀਆਂ ਦੇ ਵਿੱਚ ਰੁਲ ਰਹੇ ਨੇ। ਹਜੇ ਬਹੁਤ ਭਾਰੀ ਗਿਣਤੀ ਦੇ ਵਿੱਚ ਝੋਨਾ ਮੰਡੀਆਂ ਦੇ ਵਿੱਚ ਆਉਣਾ ਹੈ, ਜਦੋਂ ਕਿ ਹਜੇ ਸਟਾਰਟਿੰਗ ਹੀ ਹੋਈ ਆ, ਹੁਣੇ ਝੋਨਾ ਸਾਡਾ ਰੁਲਣ ਲੱਗ ਰਿਹਾ ਹੈ। ਇਸ ਦੇ ਸੰਬੰਧ ਦੇ ਵਿੱਚ ਅਸੀਂ ਸਰਕਾਰਾਂ ਨੂੰ ਕਹਿੰਦੇ ਹਾਂ ਵੀ ਸਾਡੇ ਮੰਡੀਆਂ ਦੇ ਵਿੱਚ ਸਾਡੇ ਝੋਨੇ ਦੀ ਖਰੀਦ ਹੋਵੇ, ਤੇ ਉਸ ਤੋਂ ਬਾਅਦ ਜਿਹੜੇ ਸਾਡੀਆਂ ਪਰਾਲੀਆਂ ਨੇ ਪਰਾਲੀਆਂ ਨੂੰ ਅਸੀਂ ਅੱਗ ਵੀ ਲਾਵਾਂਗੇ, ਕਿਉਂਕਿ ਸਾਡੀ ਮਜਬੂਰੀ ਹੈ ਅੱਗ ਲਾਉਣਾ। ਸਰਕਾਰ ਇਸ ਵਾਸਤੇ ਕੋਈ ਹੱਲ ਨਹੀਂ ਕੱਢ ਰਹੀ, ਅਸੀਂ ਅੱਗ ਵੀ ਲਾਵਾਂਗੇ, ਝੋਨਾ ਵੀ ਵਿਕਿਆਵਾਂਗੇ ਮੰਡੀਆਂ 'ਚ, ਤੇ ਆਪਣਾ ਅਸੀਂ ਜਿਹੜਾ DAP ਹੈ, DAP ਦੀ ਇੰਨੀ ਵੱਡੀ ਕਿੱਲਤ ਆ ਰਹੀ ਹੈ, ਨਕਲੀ ਫੈਕਟਰੀਆਂ ਫੜੀਆਂ ਗਈਆਂ ਨੇ, ਇਸ ਕਰਕੇ DAP ਵਾਸਤੇ ਸਾਡੇ ਕਿਸਾਨਾਂ ਵਾਸਤੇ ਪ੍ਰਬੰਧ ਕਰੇ, ਕਿਉਂਕਿ ਸਰਕਾਰ ਆ ਜਿਹੜੀ ਕੇਂਦਰ ਦੀ ਹੋਵੇ ਚਾਹੇ ਪੰਜਾਬ ਸਰਕਾਰ ਹੋਵੇ, ਇੰਨਾ ਸਿਸਟਮ ਗੰਦਲਾ ਹੋਇਆ ਪਿਆ ਸਰਕਾਰ ਦਾ, ਜਿਹੜਾ ਆਹ ਅੰਨਦਾਤਾ ਹੈ ਜਿਹੜਾ ਮੰਡੀਆਂ ਦੇ ਬਿਨਾਂ ਇਸ 6 ਮਹੀਨਿਆਂ ਦੀ ਫਸਲ ਕਮਾ ਧਮਾ ਕੇ ਦਿਨ ਰਾਤ ਆਪਦੇ ਖੇਤਾਂ ਦੇ ਵਿੱਚ ਮਰ ਰਿਹਾ, ਕੰਮ ਕਰਕੇ 6 ਮਹੀਨਿਆਂ ਦੇ ਵਿੱਚ ਫਸਲ ਪਾਲਦਾ ਹੈ, ਮੰਡੀਆਂ ਦੇ ਵਿੱਚ ਰੁਲ ਰਿਹਾ ਸਾਡਾ ਅੰਨਦਾਤਾ, ਦੱਸੋ ਵੀ ਇਹਦਾ ਕਸੂਰ ਕੀ ਹੈ? ਇਹ ਪੁੱਛਦੇ ਹਾਂ ਅਸੀਂ ਸਰਕਾਰ ਤੋਂ। ਜਿਹੜੇ ਵੱਡੇ ਸਾਡੇ ਸਰਮਾਏਦਾਰ ਨੇ, ਵੱਡੇ ਪੂੰਜੀਪਤੀ ਲੋਕ ਨੇ, ਅਡਾਨੀ ਬਾਨੀ ਵਰਗੇ ਉਹ ਜਿਹੜੇ ਸਰਮਾਏਦਾਰ ਲੋਕ ਨੇ,
ਉਹਨਾਂ ਦੇ ਅਰਬਾਂ ਠਰਬਾਂ ਦੇ ਕਰਜ਼ੇ ਨੇ ਇਹ ਜਿਹੜੇ ਮਾਫ ਕਰਦੇ ਨੇ ਜਿਹੜੇ ਸਾਡੇ ਕਿਸਾਨ ਵੀਰ ਨੇ ਇਹ ਮੰਡੀਆਂ ਦੇ ਵਿੱਚ ਫਸਲਾਂ ਆਪਦੀਆਂ ਕਮਾ ਕਮਾ ਕੇ ਬੈਠ ਜਾਂਦੇ ਨੇ ਪਰ ਕਰਜ਼ਾ ਸਾਡੇ ਗਲ ਗਲ ਚੜਿਆ ਪਿਆ ਕਿਹਦੀ ਬਦੌਲਤ ਹੈ ਕਿਹਦੀ ਦੇਣ ਹੈ ਸਰਕਾਰਾਂ ਦੀ ਦੇਣ ਹੈ ਕਿਉਂਕਿ ਅਸੀਂ ਨੇ ਝੋਨਾ ਕਿਹੜਾ ਸਰਕਾਰਾਂ ਤੋਂ ਮੰਗ ਕੇ ਲਿੱਤਾ ਸੀ ਹਰੀ ਕ੍ਰਾਂਤੀ ਜਿਹੜੀ ਆਪਣੀ ਇੰਦਰਾ ਗਾਂਧੀ ਸੀ ਠੂਠਾ ਮੰਗਣ ਬਾਹਰ ਲੈ ਕੇ ਬਾਹਰਲੇ ਦੇਸ਼ਾਂ ਦੇ ਵਿੱਚ ਠੂਠਾ ਲੈ ਕੇ ਗਈ ਸੀ ਉੱਥੋਂ ਹਰੀ ਕ੍ਰਾਂਤੀ ਲੈ ਕੇ ਆਈ ਹੈ ਸਾਡੇ ਵਾਸਤੇ ਜਦੋਂ ਕਿ ਸਾਨੂੰ ਨਾ ਤਾਂ ਸਵੇਹਾਂ ਦਾ ਨਾ ਸਪਰੇਹਾਂ ਦਾ ਪਤਾ ਨਹੀਂ ਹੁੰਦਾ ਸੀ ਉਸ ਟਾਈਮ ਦੇ ਵਿੱਚ ਬਾਰਾਂ ਵਜੇ ਤੋਂ ਲੈ ਕੇ 3 ਵਜੇ ਤੱਕ ਸਾਡਾ ਧਰਨਾ ਚੱਲੂਗਾ ਸਾਰੇ ਸੜਕਾਂ ਜਾਮ ਨੇ ਜੀ ਹਾਂ किसान तक 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 खाना है तो उगाना है खाना है तो उगाना है किसान तक खाना है तो उगाना है किसान तक खाना है तो उगाना है अगर ये वीडियो आपको पसंद आया है तो इसे लाइक जरूर करें अगर चैनल अभी तक सब्सक्राइब नहीं किया है तो कर लें और नोटिफिकेशन पाने के लिए बेल आइकन भी दबा दें